ਦੋਸਤੋ, ਚੋਣਾਂ ਭਾਵਾਂ ਦੋਸਤੋ, ਚੋਣਾਂ ਭਾਵਾਂ ਦੇਸ਼ ਦੀਆਂ ਹੋਣ, ਚਾਹੇ ਪ੍ਰਦੇਸ਼ ਦੀਆਂ ਹੋਣ, ਚਾਹੇ ਪੰਜਾਬ ਸਾਹਿਤ ਅਕੈਡਮੀ ਦੀਆਂ ਹੋਣ, ਇੱਕੋ ਜਿਹਾ ਹੀ ਮਾਹੌਲ ਹੁੰਦਾ ਹੈ। ਅੱਜ ਕੱਲ੍ਹ ਬੜੇ ਵਾਰੀ ਟੈਲੀਫੋਨ ਖੜਕਦਾ ਹੈ, ਵਿੱਚ ਵਿੱਚ ਚਿੱਠੀਆਂ ਵੀ ਆ ਜਾਂਦੀਆਂ, ਕੁਝ ਲੋਕ ਮਿਲਣ ਵੀ ਆ ਜਾਂਦੇ ਆ ਕਿ ਸਾਨੂੰ ਵੋਟ ਪਾਓ। ਬੜੀ ਚੰਗੀ ਗੱਲ ਆ, ਲੋਕਤੰਤਰ ਆ। ਜਿਹੜਾ ਬੰਦਾ ਵੀ ਚੋਣਾਂ ਦੇ ਵਿੱਚ ਖੜਦਾ, ਉਹ ਜਿੱਤਣ ਲਈ ਖੜਦਾ ਹੈ, ਅਤੇ ਲੋਕਾਂ ਨੂੰ ਤੋਂ ਵੋਟ ਮੰਗਣੀ ਉਸ ਦਾ ਫਰਜ਼ ਵੀ ਆ, ਬਹੁਤ ਸਾਰੇ ਥਾਵਾਂ 'ਤੇ ਉਹ ਹੱਕ ਵੀ ਸਮਝਦਾ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੇਰੇ ਮਨ ਦੇ ਵਿੱਚ ਗੱਲਾਂ ਆ ਰਹੀਆਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕਿਹਨੂੰ ਪਾਈਆਂ ਜਾਣ ਵੋਟਾਂ ਜਾਂ ਕਿਸ ਨੂੰ ਚੁਣਿਆ ਜਾਵੇ। ਮੇਰਾ ਇਹ ਬਹੁਤਾ ਸਰੋਕਾਰ ਨਹੀਂ ਆ। ਦੇਖੋ, ਪੰਜਾਬ ਸਾਹਿਤ ਅਕੈਡਮੀ ਦਾ ਉਹੀ ਬੰਦਾ ਮੈਂਬਰ ਬਣਦਾ ਕਿ ਜਿਹੜਾ ਬੰਦਾ ਲੇਖਕ ਆ, ਜਾਂ ਘੱਟੋ ਘੱਟ ਅਸੀਂ ਉਹਨੂੰ ਲੇਖਕ ਤਸਲੀਮ ਕਰਦੇ ਹਾਂ, ਚਾਹੇ ਉਹਨੇ ਕੋਈ ਥੀਸਿਸ ਲਿਖਿਆ ਹੋਵੇ, ਕੋਈ ਆਲੋਚਨਾ ਦੀ ਕਿਤਾਬ ਲਿਖੀ ਹੋਵੇ, ਸਿਰਜਣਾਤਮਕ ਲੇਖਣ ਲਿਖਿਆ ਹੋਵੇ। ਸਾਰੇ ਲੇਖਕ ਨੇ, ਸਾਰੇ ਹੀ ਜਿਹਨੂੰ ਕਹਿ ਸਕਦੇ ਹਾਂ ਕਿ ਦੋਸਤੀ ਦੇ ਘੇਰੇ ਵਿੱਚ, ਜੇ ਸਿੱਧੀ ਦੋਸਤੀ ਦੇ ਘੇਰੇ ਵਿੱਚ ਵੀ ਨਹੀਂ ਤਾਂ ਸ਼ਬਦਾਂ ਦੇ ਰਾਹੀਂ ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ। ਮੇਰਾ ਸਰੋਕਾਰ ਕੁਝ ਵੱਖਰਾ ਹੈ। ਉਹਨਾਂ 'ਚੋਂ ਜਿਹੜਾ ਸਭ ਤੋਂ ਪਹਿਲੀ ਗੱਲ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਸਰਗਰਮੀ ਦੋਵੇਂ ਧੜਿਆਂ ਦੇ ਖੜ੍ਹੇ ਹੋਏ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਕਰ ਰਹੇ ਆ, ਉਨੀ ਸਰਗਰਮੀ ਬਾਕੀ ਸਾਲ ਦੇ ਵਿੱਚ ਦਿਖਾਈ ਕਿਉਂ ਨਹੀਂ ਦਿੰਦੀ? ਉਹ ਚਾਹੇ ਸਿਲੇਬਸਾਂ ਦਾ ਮਸਲਾ ਹੋਵੇ, ਚਾਹੇ ਪੰਜਾਬ ਸਰਕਾਰ ਵੱਲੋਂ ਲੈ ਜਾਣ ਵਾਲੇ ਜਿਹੜੇ ਐਗਜ਼ਾਮ ਨੇ, ਪ੍ਰੀਖਿਆਵਾਂ ਨੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ, ਉਹਨਾਂ ਦੇ ਵਿੱਚ ਪੰਜਾਬੀ ਮਾਧਿਅਮ ਰੱਖਣਾ ਜਾਂ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦਿਵਾਉਣ ਦਾ ਮਾਮਲਾ ਹੋਵੇ, ਚਾਹੇ ਜਿਹੜੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗ੍ਰਾਂਟਾਂ ਹੋਣ, ਉਹ ਇਨਾਮ ਸਨਮਾਨ ਹੋਣ, ਉਹ ਰੁਕੇ ਹੋਏ ਆ, ਉਹ ਮਸਲੇ ਹੋਣ, ਚਾਹੇ ਹਾਈਵੇ ਦੇ ਉੱਤੇ ਜਾਂ ਸੜਕਾਂ ਦੇ ਉੱਤੇ ਜਿਹੜੇ ਸਾਡੇ ਨਾਂ ਲਿਖੇ ਜਾਣੇ ਆ ਪਿੰਡਾਂ ਦੇ, ਸ਼ਹਿਰਾਂ ਦੇ, ਉਹ ਪੰਜਾਬੀ 'ਚ ਲਿਖਣ ਦਾ ਮਾਮਲਾ ਹੋਵੇ, ਉਹਨਾਂ ਮਾਮਲਿਆਂ ਦੇ ਉੱਪਰ ਉਸ ਸਮੇਂ ਜਦੋਂ ਕਿਸੇ ਲੇਖਕ ਦੇ ਉੱਤੇ ਕਿਸੇ ਵਿਅਕਤੀ ਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ, ਕਿਸੇ ਅਜਿਹੇ ਮਸਲੇ ਦੇ ਸਮੇਂ ਉਨੀ ਸਰਗਰਮੀ ਕਿਉਂ ਨਹੀਂ ਦਿਖਾਈ ਦਿੰਦੀ? ਉਸ ਸਮੇਂ ਟੈਲੀਫੋਨ ਕਿਉਂ ਨਹੀਂ ਖੜਕਦੇ? ਉਸ ਸਮੇਂ ਵਟਸਐਪ, ਫੇਸਬੁੱਕ ਉੱਪਰ ਸੁਨੇਹਿਆਂ ਦਾ ਹੜ੍ਹ ਕਿਉਂ ਨਹੀਂ ਆਉਂਦਾ? ਉਸ ਸਮੇਂ ਅਸੀਂ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਮਿਲਣ ਕਿਉਂ ਨਹੀਂ ਜਾਂਦੇ ਕਿ ਇਹ ਮਸਲਾ ਹੈਗਾ, ਆਪਾਂ ਇਹਦੇ 'ਤੇ ਲਾਮਬੰਦੀ ਕਰੀਏ? ਤਾਂ ਇੱਕ ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਕੀ ਕਾਰਨ ਆ ਕਿ ਅਸੀਂ ਚੋਣਾਂ ਦੇ ਸਮੇਂ ਜਿਹੜੀ ਸਰਗਰਮੀ ਦਿਖਾਉਣੇ ਆ, ਉਹ ਸਰਗਰਮੀ ਸਾਰਾ ਸਾਲ ਕਿਉਂ ਨਹੀਂ ਦਿਖਾਈ ਦਿੰਦੀ?
ਦੂਸਰਾ ਜਿਹੜਾ ਮੇਰਾ ਸਰੋਕਾਰ ਇਹਨਾਂ ਚੋਣਾਂ ਦੇ ਦੌਰਾਨ ਸਾਹਮਣੇ ਆਉਂਦਾ ਹੈ, ਉਹਦੇ ਵਿੱਚ ਇਹ ਕਿ ਕੁਝ ਲੋਕ ਸਿੱਧੇ ਤੌਰ 'ਤੇ ਅਤੇ ਕੁਝ ਲੋਕ ਲੁਕਵੇਂ ਰੂਪ ਵਿੱਚ ਕਹਿ ਰਹੇ ਹੈ ਕਿ ਹੋਰ ਚੋਣਾਂ ਵਾਂਗ ਇਹਨਾਂ ਚੋਣਾਂ ਦੇ ਵਿੱਚ ਵੀ ਕਦੇ ਜਾਤ ਅਧਾਰਤ ਅਤੇ ਕਦੇ ਲਿੰਗ ਅਧਾਰਤ ਕੁਝ ਅਜਿਹੀਆਂ ਟਿੱਪਣੀਆਂ ਭੱਦਰ ਪੁਰਸ਼ ਲੇਖਕਾਂ ਵੱਲੋਂ ਕੀਤੀਆਂ ਜਾਂਦੀਆਂ ਕਿ ਜਿਹੜੀਆਂ ਸ਼ਾਇਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਇਹ ਕਿਉਂ ਹੋ ਰਿਹਾ ਹੈਗਾ, ਇਹ ਵੀ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਵਾਰ ਵਾਰ ਉੱਠਦਾ ਹੈ। ਅਗਲਾ ਜਿਹੜੇ ਮੇਰੇ ਮਨ ਦੇ ਵਿੱਚ ਪ੍ਰਸ਼ਨ ਉੱਠਦਾ ਇਹ ਉੱਠਦਾ ਹੈ ਕਿ ਹਾਂ, ਇਹ ਜਿਹੜੀਆਂ ਅਕੈਡਮੀਆਂ ਜਾਂ ਇਹ ਸਹਿਤ ਸਭਾਵਾਂ ਜਾਂ ਜਿਹੜੇ ਅਜਿਹੇ ਅਦਾਰੇ ਨੇ, ਇਹ ਕੋਈ ਬਹੁਤਾ ਵੱਡਾ ਫਰਕ ਤਾਂ ਨਹੀਂ ਪਾ ਸਕਦੇ ਕੋਈ, ਕਿਉਂਕਿ ਇਹਨਾਂ ਦਾ ਬਜਟ ਸੀਮਿਤ ਹੁੰਦਾ, ਕੋਈ ਬਹੁਤੇ ਵੱਡੇ ਪ੍ਰੋਗਰਾਮ ਤਾਂ ਨਹੀਂ ਉਲੀਕ ਸਕਦੇ, ਪਰ ਜਿਹੜੇ ਮੈਨੀਫੈਸਟੋ ਜਾਂ ਜਿਹੜੇ ਦਾਅਵੇ ਕੀਤੇ ਗਏ ਆ ਉਹਨਾਂ ਦੇ ਵਿੱਚ ਜਿਹੜੀਆਂ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਨੂੰ ਅੱਜ ਚੁਣੌਤੀਆਂ ਨੇ ਉਹਨਾਂ ਤੋਂ ਬਹੁਤ ਪਰੇ ਰਹਿ ਜਾਂਦੇ, ਉਹਨਾਂ ਚੁਣੌਤੀਆਂ ਦੇ ਨਾਲ ਵਰਮੇਚਣ ਦਾ ਕੋਈ ਵੀ ਧਿਰ ਉਸ ਤਰ੍ਹਾਂ ਦਾਅਵਾ ਨਹੀਂ ਕਰ ਰਹੀਗੀ, ਜਾਂ ਕਹਿ ਲਓ ਕਿ ਉਹਦੇ ਫਿਕਰ ਹੀ ਉਹ ਨਹੀਂ ਹੈ। ਤਾਂ ਇਸ ਸਥਿਤੀ ਦੇ ਵਿੱਚ ਇਹ ਲੁਧਿਆਣਾ ਅਕੈਡਮੀ ਦੀਆਂ ਚੋਣਾਂ ਹੋ ਰਹੀਆਂ ਨੇ। ਇੱਕ ਗੱਲ ਹੋਰ ਵੀ ਮਨ ਦੇ ਵਿੱਚ ਵਾਰ ਵਾਰ ਆਉਂਦੀ ਹੈ, ਉਹ ਗੱਲ ਵਾਰ ਵਾਰ ਇਸ ਕਰਕੇ ਆਉਂਦੀ ਹੈ ਕਿ ਇਹ ਜਿਹੜੀ ਅਕੈਡਮੀ ਹੈ ਇਹਦਾ ਜਿਹੜਾ ਪਹਿਲਾਂ ਕਰਦੀ ਆ ਰਹੀ ਕੰਮ, ਉਹਨਾਂ ਕੰਮਾਂ ਦਾ ਵੀ ਉਹ ਮਿਆਰ ਜਾਂ ਉਹ ਸੁਚੱਜਤਾ ਜਾਂ ਉਹ ਵੱਡੀ ਪੱਧਰ 'ਤੇ ਜਿਸ ਪੱਧਰ 'ਤੇ ਉਸਦਾ ਮਿਆਰ ਹੋਣਾ ਚਾਹੀਦਾ ਕਿਉਂ ਨਹੀਂ ਬਣ ਸਕਿਆ। ਜਿਵੇਂ ਆਲੋਚਨਾ ਮੈਗਜ਼ੀਨ ਹੈ, ਕੀ ਕਾਰਨ ਆ ਕਿ ਆਲੋਚਨਾ ਮੈਗਜ਼ੀਨ ਦਾ ਅਸੀਂ ਉਹ ਮਿਆਰ ਨਹੀਂ ਬਣਾ ਸਕੇ ਕਿ ਜਿਸ ਦੀ ਇੱਕ ਇਹੋ ਜਿਹੀ ਜਥੇਬੰਦੀ ਅਜਿਹੇ ਅਦਾਰੇ ਤੋਂ ਆਸ ਕੀਤੀ ਜਾ ਸਕਦੀ ਹੈਗੀ ਹੈ। ਇਸੇ ਤਰ੍ਹਾਂ ਹੀ ਕਿ ਅਸੀਂ ਸਾਲਾਨਾ ਜਿਹੜੇ ਅਸੀਂ ਪ੍ਰੋਗਰਾਮ ਕਰਦੇ ਹਾਂ ਉਹਨਾਂ ਪ੍ਰੋਗਰਾਮਾਂ ਦਾ ਜਿਹੜਾ ਪੱਧਰ ਆ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਮੰਨ ਲਓ ਸਨਮਾਨ ਪ੍ਰੋਗਰਾਮ ਕੀਤੇ ਜਾਂਦੇ ਆ, ਤਾਂ ਅਸੀਂ ਜਿਹੜੇ ਬਹੁ ਗਿਣਤੀ ਦੇ ਲੇਖਕ ਨੇ, ਲੇਖਕ ਪਰਿਵਾਰ ਨੇ, ਉਹ ਉਹਨਾਂ ਨੂੰ ਨਾਲ ਜੋੜਨ ਦੀ ਥਾਂ ਆਮ ਕਰਕੇ ਕਿ ਜਿਸ ਲੇਖਕ ਦਾ ਸਨਮਾਨ ਹੁੰਦਾ ਉਸ ਦੇ ਕੁਝ ਰਿਸ਼ਤੇਦਾਰ, ਉਸ ਦੇ ਕੁਝ ਦੋਸਤ ਅਤੇ ਇੱਕ ਜਾਂ ਦੋ ਹੋਰ ਬੰਦੇ ਹੁੰਦੇ। ਕੀ ਕਾਰਨ ਆ ਕਿ ਉਹ ਅਸੀਂ ਵੱਡੀ ਪੱਧਰ 'ਤੇ ਉਸ ਨੂੰ ਕਿ ਇੱਕ ਗੌਰਵਸ਼ਾਲੀ ਰੂਪ ਬਣ ਸਕੇ ਉਹ ਕਿਉਂ ਨਹੀਂ ਬਣ ਸਕਿਆ ਇੰਨੇ ਸਮੇਂ ਦੇ ਬਾਅਦ ਵੀ। ਵੈਸੇ ਤਾਂ ਜਿਹੜੀਆਂ ਇਹ ਚੋਣਾਂ ਹੁੰਦੀਆਂ, ਇਹਨਾਂ ਚੋਣਾਂ ਦੇ ਵਿੱਚ ਜਿਹੜੇ ਵਿਅਕਤੀ ਚੁਣੇ ਜਾਣੇ ਹੁੰਦੇ ਆ ਲੇਖਕ ਤਾਂ ਹੁੰਦੇ ਆ, ਲੇਖਕਾਂ ਵਿੱਚ ਸ਼ਾਇਦ
ਊਚ ਨੀਚ ਦੀ ਇੱਦਾਂ ਦਰਜਾਬੰਦੀ ਕਰਨੀ ਕਿ ਕੋਈ ਲੇਖਕ ਬਹੁਤ ਅੱਛਾ ਹੈ, ਕੋਈ ਲੇਖਕ ਮਾੜਾ ਹੈ, ਅਜਿਹਾ ਕਰਨਾ ਸ਼ਾਇਦ ਵਾਜਬ ਨਹੀਂ। ਪਰ ਇਸ ਦੇ ਬਾਵਜੂਦ ਵੀ ਕਿ ਜਿਹੜੇ ਲੇਖਕ ਕਿਹਾ ਜਾ ਸਕਦਾ ਹੈ ਕਿ ਵੱਡੀ ਪੱਧਰ 'ਤੇ ਪਾਠਕਾਂ ਤੋਂ ਪ੍ਰਵਾਨਗੀ ਲੈ ਚੁੱਕੇ, ਪਾਠਕਾਂ ਦੇ ਨਾਲ ਨਾਲ ਹੀ ਉਹ ਕਿਸੇ ਨਾ ਕਿਸੇ ਉਮਰ ਦੇ ਇੱਕ ਖਾਸ ਪੜਾਅ ਤੋਂ ਬਾਅਦ ਉਹ ਵੱਖ ਵੱਖ ਅਦਾਰਿਆਂ ਤੋਂ ਸਨਮਾਨਿਤ ਹੋ ਚੁੱਕੇ ਆ, ਉਹ ਲੇਖਕਾਂ ਨੂੰ ਅਸੀਂ ਆਪਣੇ ਇਸ ਚੋਣ ਵਿੱਚ ਖਿੱਚਣ 'ਚ ਕਿਉਂ ਕਾਮਯਾਬ ਨਹੀਂ ਹੋ ਸਕੇ? ਮੈਨੂੰ ਇਹ ਲੱਗਦਾ ਹੈਗਾ ਕਿ ਇਹ ਤਾਂ ਨਹੀਂ ਕਿ ਇਹ ਹੀ ਲੇਖਕ ਨੇ, ਬਹੁਤ ਲੇਖਕ ਨੇ, ਪਰ ਕੁਝ ਲੇਖਕ ਅਜਿਹੇ ਹੁੰਦੇ ਆ ਕਿ ਜਿਨ੍ਹਾਂ ਦੇ ਕਹੇ ਦਾ ਮੁੱਲ ਹੁੰਦਾ। ਉਹ ਚਾਹੇ ਸੁਰਜੀਤ ਪਾਤਰ ਹੋਣ, ਚਾਹੇ ਵਰਿਆਮ ਸਿੰਘ ਸੰਧੂ ਹੋਣ, ਉਹਦਾ ਵੀ ਇੱਕ ਕਾਰਨ ਆ ਕਿ ਉਹਨਾਂ ਨਾਲ ਬਹੁਤ ਸਾਰੇ ਪਾਠਕ ਜੁੜੇ ਹੋਏ ਆ। ਉਹ ਜਦੋਂ ਕੋਈ ਗੱਲ ਕਿਸੇ ਮੀਟਿੰਗ ਦੇ ਵਿੱਚ ਸਰਕਾਰ ਨਾਲ ਕਰਦੇ ਨੇ ਜਾਂ ਹੋਰ ਕਿਸੇ ਅਦਾਰੇ ਨਾਲ ਕਰਦੇ ਆ, ਤਾਂ ਉਹਨਾਂ ਦੀ ਗੱਲ ਦੇ ਵਿੱਚ ਇੱਕ ਵਜਨ ਹੁੰਦਾ, ਇੱਕ ਮੁੱਲ ਹੁੰਦਾ। ਜੇ ਇਹ ਲੇਖਕਾਂ ਨੂੰ ਅਸੀਂ ਨਾਲ ਉਸ ਤਰ੍ਹਾਂ ਪ੍ਰਬੰਧਕੀ ਕੰਮ ਦੇ ਵਿੱਚ ਕਿਉਂ ਨਹੀਂ ਜੋੜ ਸਕਦੇ? ਕਿਉਂਕਿ ਇਹਨਾਂ ਦਾ ਵੀ ਇੱਕ ਪ੍ਰਤੀਕਾਤਮਕ ਮੁੱਲ ਹੁੰਦਾ। ਜ਼ਰੂਰੀ ਨਹੀਂ ਕਿ ਹਰ ਜਿਹੜਾ ਲੇਖਕ ਆ ਉਹ ਚੰਗਾ ਪ੍ਰਬੰਧਕ ਵੀ ਹੋਵੇ ਅਤੇ ਹਰ ਜਿਹੜਾ ਪ੍ਰਬੰਧਕ ਆ ਉਹ ਲੇਖਕ ਵੀ ਹੋਵੇ, ਪਰ ਇਹਨਾਂ ਚੋਣਾਂ ਦੇ ਵਿੱਚ ਜਿਸ ਕਿਸਮ ਦੀ ਸਰਗਰਮੀ ਦੇਖਣ ਨੂੰ ਮਿਲੀ ਆ, ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਕਿ ਕਈ ਕਾਰਨਾਂ ਕਰਕੇ, ਆਪਣੇ ਨਿੱਜੀ ਝੁਕਾਓ ਕਰਕੇ ਜਾਂ ਇਸ ਸਮੇਂ ਮੈਂ ਕਿਸੇ ਇੱਕ ਵਿਸ਼ੇਸ਼ ਕੋਈ ਪੈਨਲ ਨੂੰ ਤਾਂ ਨਹੀਂ ਕਹਿੰਦਾ ਗਾ ਕਿ ਉਸ ਪੈਨਲ ਨੂੰ ਵੋਟ ਪਾਓ, ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਜਿਹੜਾ ਸਾਹਿਤਕਾਰ ਤੁਹਾਡੇ ਦਿਲ ਦੇ ਨੇੜੇ ਆ, ਜਿਹੜਾ ਆਲੋਚਕ ਤੁਹਾਡੇ ਮਨ ਦੇ ਨੇੜੇ ਆ, ਉਸ ਨੂੰ ਚੁਣਨ ਦੀ ਕੋਸ਼ਿਸ਼ ਕਰੋ, ਜਿਸ ਤੋਂ ਤੁਹਾਨੂੰ ਆਸ ਆ ਕਿ ਉਹ ਭਵਿੱਖ ਦੇ ਵਿੱਚ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਹਰ ਕਿਸਮ ਦੀ ਜਿਹੜੀ ਲੜਾਈ ਦੇਣ ਦੇ ਸਮਰੱਥ ਆ, ਉਹ ਚਾਹੇ ਕਾਨੂੰਨੀ ਲੜਾਈ ਲੜਨੀ ਹੋਵੇ, ਉਹ ਚਾਹੇ ਸੱਚਮੁੱਚ ਕੋਈ ਰੋਸ ਮੁਜ਼ਾਹਰਾ ਕਰਨਾ ਹੋਵੇ, ਉਹ ਚਾਹੇ ਉਸ ਦੇ ਚਿੱਠੀਆਂ ਲਿਖਣੀਆਂ ਹੋਣ, ਚਾਹੇ ਉਸਨੇ ਹੋਰ ਸਰਗਰਮੀ ਕਰਨੀ ਹੋਵੇ, ਉਹਨਾਂ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਹੁਣ ਤੱਕ ਦੀ ਤੁਹਾਡੀ ਬਣੀ ਵਿਚਾਰਧਾਰਾ ਅਨੁਸਾਰ, ਤੁਹਾਡੇ ਪੜ੍ਹੇ ਸਾਹਿਤ ਅਨੁਸਾਰ, ਤੁਹਾਡੇ ਜਿਹਨੂੰ ਕਹਿ ਸਕਦੇ ਹਾਂ ਕਿ ਨਿੱਜੀ ਸੰਬੰਧਾਂ ਦੇ ਆਧਾਰ 'ਤੇ ਨਿਸ਼ਚੇ ਹੀ ਵੋਟ ਪਾਈ ਜਾਂਦੀ ਆ, ਉਸੇ ਤਰ੍ਹਾਂ ਹੀ ਪਵੇਗੀ। ਦੋਹਾਂ ਹੀ ਧਿਰਾਂ ਵੱਲੋਂ ਜਿਹੜੇ ਲੜ ਰਹੇ ਨੇ ਚੋਣਾਂ, ਉਹਨਾਂ ਲਈ ਸ਼ੁਭਕਾਮਨਾਵਾਂ, ਮਿਹਰਬਾਨੀ।